सलमान खान आप इन्हां नूं मिलण आए है ना, किद्दां किवें उन्हां नूं पता लग्गिया कि ओह मूवमेंट सीगी, इक वारी दसोगे? मैम सलमान सर नूं जदों पता लग्गिया कि जगनबीर सिंह नाम दा बच्चा, एक छोटा 3.5 साल दा, पंजाब तों इत्थे कैंसर ट्रीटमेंट लई आया हैगा, और बेसिकली उहनूं इही उम्मीद है कि अज नहीं ते कल मैं सलमान सर नूं मिलांगा, ते इह सुण के सारे दी उम्मीद तोड़ना नहीं चाहुंदे सी, ते सर फिर इहनूं मिलण लई टाटा हॉस्पिटल आए सरप्राइज़ देण लई। ਜਦੋਂ ਸਰਪ੍ਰਾਈਜ਼ ਦਿੱਤਾ ਉਦੋਂ ਦੇਖ ਨਹੀਂ ਸਕਦੇ ਸੀਗੇ ਹੈ ਨਾ, ਅਤੇ ਫਿਰ ਉਹ ਕਿੱਦਾਂ ਦਾ ਸੀਗਾ? ਤੁਸੀਂ ਤੁਹਾਨੂੰ ਲੱਗਿਆ ਸੀ ਕਿ ਸਲਮਾਨ ਸਰ ਆਉਣਗੇ, ਇਹਨਾਂ ਨੂੰ ਦੇਖਣਗੇ, ਇਹਨਾਂ ਵੱਲੋਂ ਵੀ ਕਿਹਾ ਜਿਹੜੇ ਸ਼ਬਦ ਨੇ ਉਹ ਕਹੇ ਗਏ ਸੀਗੇ ਮੈਂ ਦੇਖ ਨਹੀਂ ਸਕਦਾ, ਪਰ ਕਿਤੇ ਨਾ ਕਿਤੇ ਸਲਮਾਨ ਖਾਨ ਨੇ ਵੀ ਆਪਣਾ ਵਾਅਦਾ ਜਿਹੜਾ ਪੂਰਾ ਕੀਤਾ, ਉਹ ਮਤਲਬ ਕੀ? ਨਹੀਂ ਸਲਮਾਨ ਸਰ ਨੂੰ ਸਾਰੀ ਦੁਨੀਆ ਇਸੇ ਨਾਮ ਤੋਂ ਜਾਣਦੀ ਹੈ ਕਿ ਸਲਮਾਨ ਸਰ ਜੋ ਜ਼ੁਬਾਨ ਕਰਦੇ ਉਹ ਪੂਰੀ ਕਰਦੇ ਨੇ, ਹੈ ਨਾ, ਉਹ ਵੀ ਇੱਕ ਵਾਰੀ ਜਿਵੇਂ ਕਮਿਟਮੈਂਟ ਜੋ ਕਮਿਟਮੈਂਟ ਕਰਦੀ ਤੋਂ ਕਰਦੀ ਵਾਲਾ ਜੋ ਹਿਸਾਬ ਹੈ, ਉਹ ਖਾਲੀ ਪਿਕਚਰਾਂ ਦੇ ਹੀਰੋ ਨਹੀਂ, ਬਾਕੀ ਰੀਅਲ ਹੀਰੋ ਹੈਗੇ ਹੈ। ਅਤੇ ਉਹਨਾਂ ਨੇ ਜਗਨ ਨੂੰ ਬਲਕਿ ਕਿਹਾ ਸੀ ਕਿ ਜਗਨ ਮੈਂ ਦੁਨੀਆ ਕੇ ਲਈ ਹੀਰੋ ਹੋਊਂਗਾ, ਮਗਰ ਤੂੰ ਮੇਰੇ ਲਈ ਇੱਕ ਹੀਰੋ ਸੇ ਕਮ ਨਹੀਂ ਹੈ। ਔਰ ਇੱਕ ਫੋਟੋਗ੍ਰਾਫ 'ਚ ਸਰ ਨੇ, ਮੈਂ ਕਿਹਾ ਸਰ ਇਤਨੇ ਬੜੇ ਸਟਾਰ ਕੇ ਸਾਥ ਜਗਨਵੀਰ ਕੀ ਫੋਟੋ ਹੈ, ਅਤੇ ਟਾਟਾ ਮੈਮੋਰੀਅਲ ਹੋਸਪਿਟਲ ਦੇ ਜੋ ਡਾਇਰੈਕਟਰ ਸਾਹਿਬ ਹੈ ਬਨਾਵਲੀ ਸਰ, ਉਹਨਾਂ ਦੀ ਵਰਡਿੰਗ ਸੀ ਮੈਮ ਆਪ ਗਲਤ ਦੇਖ ਰਹੀ ਹੈ, ਆਪ ਏਕ ਸਟਾਰ ਦੇਖ ਰਹੀ ਹੈ, ਔਰ ਮੈਂ ਏਕ ਫਰੇਮ ਮੇਂ ਦੋ ਸਟਾਰ ਦੇਖ ਰਹਾ ਹੂੰ। ਤੋ ਉਸ ਸਮੇਂ ਜੋ ਬੰਬੇ ਮੇਂ ਹਿੰਦੁਸਤਾਨ ਟਾਈਮਸ ਚਲਤਾ ਥਾ, ਤੋ ਵਹਾਂ ਕੇ ਹੈਡਲਾਈਨਸ ਮੇਂ ਲਿਖਾ ਹੈ ਥਾ ਅ ਸਟਾਰ ਮੈਟ ਸਰ ਸਟਾਰ, ਕਿ ਏਕ ਸਟਾਰ ਦੂਸਰੇ ਸਟਾਰ ਸੇ ਮਿਲਾ। अच्छा, जब आप सेकंड टाइम सलमान खान को मिले, तो आप जब उन्होंने आपका वेलकम किया, कैसे किया? उन्होंने कहा आओ सरदार जी, बहुत समय लगा दिया, 5 साल से इंतजार कर रहा था, क्या इतना समय क्यों लगाया? आपने उनको ना छोटे बच्चों से बहुत ज्यादा प्यार है, कोई गेम वगैरह खेली आपने उनके साथ, बातें की? गेम नहीं खेली। अच्छा, क्या बात थी जो आपने सबसे ज्यादा मतलब सोचा हो कि हाँ मैंने सलमान खान को मिलकर ये बात करनी? मैंने पहले उनसे एक सोचा था, एक बात सोची थी कि मैंने उनसे ये पूछ रहा था कि मैंने आप इतनी सारी पिक्चर में वो रियल में आपके बाइसेप्स होते ही बने नकली में, क्योंकि मुझे उस टाइम मैं देख नहीं पाया था, फील कर लिया था, पर मुझे अभी भी यकीन नहीं था कि मैंने वो फील किया था कि असली था कि नकली था। फिर मैंने इस बार उनके जाके चेक किए पूरे। ਮੁੰਡਾ ਜਿਹੜਾ ਫਾਈਟ ਜਿੱਤ ਕੇ ਫਾਈਨਲੀ ਆ ਚੁੱਕਿਆ, ਮੈਮ ਕਿੱਦਾਂ ਦਾ ਲੱਗਦਾ ਸੀਗਾ? ਸੀਗਾ ਕਿ ਬਿਲਕੁਲ ਪੂਰੀ ਤਰ੍ਹਾਂ ਠੀਕ ਹੋ ਜੂਗਾ? ਨਹੀਂ, ਉਸ ਬਹੁਤ ਡਰ ਲੱਗਦਾ ਸੀ, ਪਰ ਹੁਣ ਵਾਹਿਗੁਰੂ ਦਾ ਸ਼ੁਕਰਾਨਾ, ਕੋਟਾਨ ਜਿਹਨੇ ਸੱਚੇ ਪਾਸ਼ਾ ਦੁੱਖ ਦੇ ਕੇ ਸੁੱਖ ਦੇ ਦਿੱਤਾ। ਡਰ ਲੱਗਦਾ ਸੀ ਜਦੋਂ ਮੁੰਬਈ ਤੋਂ ਕਾਲ ਆਉਂਦਾ ਸੀਗਾ ਵੀ ਕੋਈ ਕੁਛ ਹੋ ਨਾ ਗਿਆ ਹੋਵੇ, ਜਾਂ ਫਿਰ ਕਹੀਂ ਨਾ ਕਹੀਂ ਜਦੋਂ ਕਹਿੰਦੇ ਚਮਤਕਾਰ ਹੋ ਰਹੀ ਸੀਗੀ ਵੀ ਅੱਜ ਕਿਹੜਾ ਨਵਾਂ ਚਮਤਕਾਰ ਕਰਦੀ ਸੀਗੀ? ਕਹਿੰਦੀ ਮੰਮੀ ਹੁਣ ਥੋੜ੍ਹਾ ਜਿਹਾ, ਜਿਸਨੇ ਅੱਖਾਂ ਦੀ ਰੋਸ਼ਨੀ ਤੋਂ ਜ਼ਿਆਦਾ ਫਿਕਰ ਸੀ ਵੀ ਚਲੋ ਕੈਂਸਰ ਠੀਕ ਹੋ, ਇਹ ਵੀ ਠੀਕ ਹੋ ਜਾਏ, ਪਰ ਵਾਹਿਗੁਰੂ ਦਾ ਸ਼ੁਕਰ ਹੈ ਚਲੋ ਅੱਖਾਂ ਦੀ ਰੋਸ਼ਨੀ ਵੀ ਆ ਗਈ ਹੈ ਵਾਹਿਗੁਰੂ ਜੀ, ਅਤੇ ਹੁਣ ਅੱਖਾਂ ਦੀ ਰੋਸ਼ਨੀ ਆ ਗਈ ਹੈ, ਹੁਣ ਮਤਲਬ ਖੇਡਦੇ ਆਪਣੇ ਪੁੱਤ? ਹਾਂ ਹਾਂ, ਬਹੁਤ ਜ਼ਿਆਦਾ, ਹੁਣ ਤਾਂ ਸਗੋਂ ਲੱਗਾ ਰਹਿੰਦਾ ਦਾਦੀ ਮਾਂ ਤੁਸੀਂ ਕਿਉਂ ਇੰਨਾ ਕਰ, ਤੁਸੀਂ ਮੈਨੂੰ ਕਿਉਂ ਪਿਆਰ ਕਰਦੇ ਹੋ? ਮੈਂ ਕਿਹਾ ਆਪਣੇ ਮੂੰਹ ਨਾਲ ਵਿਆਹ ਜ਼ਿਆਦਾ ਪਿਆਰਾ ਹੁੰਦਾ ਵੇ। ਅਸੀਂ ਬਹੁਤ ਜ਼ਿਆਦਾ ਪਰਮਾਤਮਾ ਦਾ ਸ਼ੁਕਰ ਅਦਾ ਕਰ ਰਹੇ ਹਾਂ ਕਿ ਪਰਮਾਤਮਾ ਨੇ ਬਹੁਤ ਜ਼ਿਆਦਾ ਮਿਹਰ ਕੀਤੀ, ਔਰ ਮੈਂ ਸੋਚਦੀ ਹਾਂ ਕਿ ਸਿਰਫ ਜਿਹੜੇ ਅਸੀਂ ਪਾਠ ਕੀਤੇ ਨੇ, ਅਰਦਾਸਾਂ ਹੋਈਆਂ ਨੇ ਇਸ ਬੱਚੇ ਵਾਸਤੇ ਕਿ ਪਰਮਾਤਮਾ ਇਸ ਨੂੰ ਪੂਰਨ ਤੰਦਰੁਸਤੀ ਬਖਸ਼ੇ, ਅਤੇ ਉਹ ਅਰਦਾਸਾਂ ਹੀ ਸੁਣੀਆਂ ਗਈਆਂ, ਸਭ ਦੀਆਂ ਅਰਦਾਸਾਂ ਲੱਗੀਆਂ ਨੇ, ਅਤੇ ਅੱਜ ਇਹ ਬਿਲਕੁਲ ਤੰਦਰੁਸਤ ਹੈ। द सिटी हैडलाइनस देखण वाले तमाम दर्शकों का मैं नेहा मलिक स्वागत करती हाँ। अज साडे नाल जगनवीर मौजूद आ, जिन्हों 3 साल की उम्र के जिहड़ा कैंसर हो जाता है, पर कितने ना कितने अज तुसी देख सकते हो बिल्कुल ठीक ठाक है, बहुत ज़्यादा आप कह सकते हैं सरवाइव करके अज बहुत वधिया है। मैं कहनी हाँ एक मैडल भी जीत के आया, आप सारिया गलबात करांगे की प्रॉब्लम जी फेस करनी पई है, तो की करना पाया। सब तो पहला साढ़े नाल जगन मौजूद, आप उन्होंने गल करेंगे। हैलो। हैलो, क्या नाम है आपका पहले ये बताओ? मेरा नाम जगनवीर सिंह। ओके, तो सबसे पहले ये बताओ आपने इतनी बड़ी फाइट की, आपको कैसा लग रहा था? मेरे को उस टाइम बहुत अच्छा लग रहा था। ओके, और आपको मैंने सुना आपका जो फेवरेट एक्टर है सलमान खान है, आप उनसे भी मिले हो, उनके साथ आपकी जर्नी कैसे रही? सबसे ज्यादा आपको क्या अच्छा लगा? उनकी मेरे को टाइगर जिंदा 1 बहुत पसंद आई, टाइगर जिंदा 2 से थोड़ी कम, पर टाइगर जिंदा 1 बहुत पसंद आई। फिर तो आपको डायलॉग्स भी याद होंगे, आप इतनी मूवीज देखते हो, कोई फेवरेट डायलॉग है आपका जो आप हमें सुनाना चाहोगे? एक मिनट याद करना। गाना सुना दे उनका। गाना सुना दो, आपको गाने याद है तो। दिल दिया गला करांगे नाल नाल दे के
अख नाल अख नू में ला के दिल दिया गला। क्या बात है। अच्छा आप जब बीमार थे, आप सलमान खान को मिले हो है ना, तो आप उस टाइम पे उनको देख नहीं पा रहे थे, आपने कुछ बहुत प्यारी प्यारी जो लाइनें बोली थी, वो लाइनें आपको याद है आपने क्या बोली थी? वो नहीं देख पाया, लेकिन फील कर पाया था, लेकिन जो देखना था वो नहीं देख पाया। अच्छा आपको कैसे पता लगा सलमान खान आए हुए आपको देखने? मैंने उनका ब्रेसलेट पहले पिक्चर में देखा हुआ था, तो उसको फील करके किया मैंने। क्या बात है। अच्छा आप दोबारा उनसे मिलने की ख्वाहिश रखते हो कि हाँ मैं फिर एक बार उनसे मिलूं? हाँ जी, उन्होंने कहा था भी जब दोबारा से आऊंगे मेरे से मिलना, जब भी आया करोगे तब मिला करो मेरे से। क्या बात है। अच्छा इस दिन नाना साडे नाने ना दी मम्मा भी मौजूद ने, आपां उन्हां नाल गल करांगे। सत श्री अकाल मैम। सत श्री अकाल जी। ਕਿਵੇਂ ਹੋ? ਅਤੇ ਪਹਿਲਾਂ ਤਾਂ ਇਹ ਦੱਸੋ ਕਿ ਕਿੱਦਾਂ, ਮਤਲਬ ਕਿ ਲਾਈਫ ਦੇ ਵਿੱਚ ਇੰਨਾ ਵੱਡਾ ਆਪਾਂ ਕਹਿ ਸਕਦੇ ਸਦਮਾ ਟਾਈਪ ਇੱਕ ਆਇਆ ਸੀਗਾ ਵੀ 3 ਸਾਲ ਦੇ ਮੁੰਡੇ ਨੂੰ ਕੈਂਸਰ ਆ, ਕਿੱਦਾਂ ਪਤਾ ਲੱਗੇ ਵੀ ਕੈਂਸਰ ਆ, ਕੀ ਮਤਲਬ ਚੀਜ਼ਾਂ ਤੁਹਾਨੂੰ ਜਿਹੜੀ ਉਹ ਫੇਸ ਕਰਨੀਆਂ ਪਈਆਂ? ਕਹਿੰਦੇ ਪਰਮਾਤਮਾ ਆਪ ਹੀ ਉਹਦੇ ਅੰਦਰ ਪਾਉਂਦਾ ਹੈ, ਆਪ ਹੀ ਉਹਦੇ ਅੰਦਰ ਉਹ ਕੱਢਦਾ ਹੈਗਾ ਉਸ ਪ੍ਰੋਬਲਮ ਤੋਂ। ਬਸ ਇਹ ਹੈ ਕਿ ਉਹਦੇ 'ਤੇ ਦ੍ਰਿੜ ਨਿਸ਼ਚੈ ਰੱਖਣਾ ਚਾਹੀਦਾ ਹੈ, ਔਰ ਜਿਸ 'ਤੇ ਵਿਸ਼ਵਾਸ ਹੋਏ ਉਹਦਾ ਕਦੇ ਸਵਾਲ ਨਹੀਂ ਚੱਕਣਾ ਚਾਹੀਦਾ। ਅਤੇ ਸਾਨੂੰ ਗੁਰੂ ਰਾਮਦਾਸ ਜੀ 'ਤੇ ਪੂਰਾ ਭਰੋਸਾ ਸੀ ਕਿ ਉਹਨਾਂ ਨੇ ਅਗਰ ਇਹ ਮੁਸੀਬਤ 'ਚ ਪਾਇਆ ਹੈ ਤਾਂ ਕੱਢਣ ਵਾਲੇ ਵੀ ਉਹੀ ਹੋਣਗੇ, ਕੋਈ ਨਾ ਕੋਈ ਸਰੋਤ ਐਸਾ ਬਣਾਉਣਗੇ ਕਿ ਸੂਲੀ ਦਾ ਕੰਡਾ ਬਣ ਜਾਏਗਾ ਅਤੇ ਜਗਨ ਵੀਰ ਅੱਗੇ ਜਾ ਕੇ ਸਰਵਾਈਵ ਦੁਬਾਰਾ ਕਰੇਗਾ। ਅੱਛਾ ਜਦੋਂ ਪਤਾ ਲੱਗਿਆ ਸੀਗਾ ਵੀ 3 ਸਾਲ ਦੇ ਬੱਚੇ ਨੂੰ ਕੈਂਸਰ ਹੈ, ਕਿੱਦਾਂ ਦਾ ਮਤਲਬ ਉਸ ਟਾਈਮ ਮਾਹੌਲ ਸੀਗਾ, ਕੀ ਮਤਲਬ ਦਿਮਾਗ ਦੇ ਵਿੱਚ ਕੀ ਕਿਹੜੀਆਂ ਗੱਲਾਂ ਜਿਹੜੀਆਂ ਨੇ ਆਈ ਜਾ ਰਹੀਆਂ ਸੀਗੀਆਂ ਆਈ ਜਾ ਰਹੀਆਂ? ਮੈਮ ਜਦੋਂ ਪਤਾ ਲੱਗਿਆ ਸੀ ਨਾ 3.5 ਸਾਲ ਦੇ ਬੇਟੇ ਨੂੰ ਕੈਂਸਰ ਹੈ, ਅਤੇ ਅਸੀਂ ਅੱਜ ਤੱਕ ਤਾਂ ਇਹੀ ਸੁਣਿਆ ਸੀ ਜਦੋਂ ਕੋਈ ਅਵੇਅਰਨੈਸ ਨਹੀਂ ਸੀ ਕੈਂਸਰ ਦੀ, ਕਿ ਸ਼ਰਾਬ ਪੀਣ ਤੋਂ, ਤੰਬਾਕੂ ਖਾਣ ਤੋਂ, ਗਲਤ ਚੀਜ਼ਾਂ ਦਾ ਸੇਵਨ ਕਰਨ ਤੋਂ ਇਹ ਹੁੰਦਾ ਹੈ। ਮਗਰ ਅਸੀਂ ਸੋਚਦੇ ਸੀ ਕਿ ਛੋਟੇ ਜਿਹੇ ਬੱਚੇ ਨੇ ਕੀ ਖਾਧਾ ਪੀਤਾ ਐਸਾ। ਫਿਰ ਆਪਣੇ ਮਨ ਨੂੰ ਸਮਝਾਇਆ, ਪਰਮਾਤਮਾ ਦਾ ਨਾਮ ਦਿੱਤਾ ਕਿ ਬੇਟਾ ਕਰਮਾ ਨਾਮ ਦੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਮੈਂ ਬੋਇਆ ਸੋ ਮੈਂ ਪਾਇਆ। ਅਤੇ ਇਹ ਕਰਮਾਜ਼ ਹੈ ਅਤੇ ਉਹ ਉਹਨੂੰ ਜਿਸਨੇ ਕੀਤੇ ਹੁੰਦੇ ਉਹ ਉਹਨੂੰ ਹੀ ਭੋਗਣੇ ਪੈਂਦੇ, ਅਸੀਂ ਦੇ ਨਾਲ ਬਸ ਖੜ੍ਹੇ ਹੋ ਕੇ ਸਪੋਰਟ ਕਰ ਸਕਦੇ ਹਾਂ ਉਹਨੂੰ। ਬਾਕੀ ਇਹਦੇ ਕਰਮਾ ਅਸੀਂ ਇਹਨੇ ਆਪ ਭੋਗੇ ਨੇ, ਅਤੇ ਅਸੀਂ ਐਜ਼ ਅ ਸਪੋਰਟਿੰਗ ਹੈਂਡ ਦੇ ਨਾਲ ਖੜ੍ਹੇ ਰਹੇ ਹਾਂ। ਅਤੇ ਫਿਰ ਇਹਦੇ ਉਸ ਤੋਂ ਜ਼ਿਆਦਾ ਅੱਛੇ ਕਰਮ ਵੀ ਮੈਂ ਕਹਿੰਦੀ ਹਾਂ ਮੰਨਦੀ ਹਾਂ ਕਿ ਇਹਨੇ ਆਪਣੇ ਬੈਂਕ 'ਚ ਇਕੱਠੇ ਕੀਤੇ ਹੋਏ ਸੀ ਕਿ ਇਹ ਉਸ ਇੰਨੀ ਵੱਡੀ ਜੰਗ ਨੂੰ ਜਿੱਤ ਕੇ ਬਾਹਰ ਆ ਗਿਆ, ਇਹ ਉਹਦੇ ਅੱਛੇ ਕਰਮਾਂ ਵੀ ਉਹਦੇ ਨਾਲ ਹੀ ਸੀ। ਅੱਛਾ ਮੈਮ ਕਿੱਥੇ ਕੈਂਸਰ ਸੀਗਾ ਜਦੋਂ, ਮਤਲਬ ਕਿ ਪਤਾ ਲੱਗਿਆ ਵੀ ਕਿਹੜੀ ਬੋਡੀ ਦੇ ਕਿਹੜੇ ਹਿੱਸੇ ਦੇ ਵਿੱਚ ਇਹਨਾਂ ਨੂੰ ਕੈਂਸਰ ਸੀ? ਮੈਮ ਜਦੋਂ ਦੀ ਬਾਇਓਪਸੀ ਹੋਈ ਹੈ 2018 'ਤੇ ਸਾਨੂੰ ਪਤਾ ਲੱਗਿਆ ਸੀ ਕਿ ਇਹਨੂੰ ਬਰਕਿਤ ਲਿੰਫੋਮਾ ਹੈ 4th ਸਟੇਜ ਦਾ। ਅਤੇ ਐਗਜੈਕਟਲੀ ਜਿੱਥੇ ਆਪਾਂ ਬਿੰਦੀ ਲਾਈ ਦੀ ਇੱਥੇ 5 ਰੁਪਏ ਦੇ ਸਿੱਕੇ ਦੇ ਜਿੰਨਾ, ਹਜੇ ਤਾਂ ਜਿਵੇਂ ਫੇਸ ਵੱਡਾ ਅਤੇ ਤੁਹਾਨੂੰ 5 ਰੁਪਏ ਦਾ ਸਿੱਕਾ ਛੋਟਾ ਲੱਗ ਰਿਹਾ ਹੋਏਗਾ, ਮਗਰ ਜੋ 3.5 ਸਾਲ ਦਾ ਬੱਚਾ ਹੁੰਦਾ ਉਹ ਕਾਫੀ ਛੋਟਾ ਹੁੰਦਾ, ਅਤੇ 5 ਰੁਪਏ ਦਾ ਸਿੱਕਾ ਮਾਇਨੇ ਰੱਖਦਾ ਸੀ ਇੰਨਾ ਵੱਡਾ। ਅਤੇ ਉੰਨਾ ਵੱਡਾ ਇਹਨੂੰ ਉੱਥੇ ਟਿਊਮਰ ਸੀ, ਜਿਸ ਟਿਊਮਰ ਨੇ ਇਹਦੀ ਆਪਟੀਕਲ ਨਰਵਸ ਕੰਪਰੈਸ ਕਰਕੇ ਡੈਮੇਜ ਕਰਤੀਆਂ ਸੀ, ਜਿਹਦੇ ਕਿ ਇਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਪੂਰੀ। ਅਤੇ ਡਾਕਟਰਸ ਦਾ ਤਾਂ ਮੰਨਣਾ ਸੀ ਕਿ ਇਹਦੀ ਅੱਖਾਂ ਦੀ ਰੋਸ਼ਨੀ ਦੁਬਾਰਾ ਕਦੇ ਜ਼ਿੰਦਗੀ 'ਚ ਨਹੀਂ ਆਏਗੀ, ਮਗਰ ਕੀਮੋਸ ਚਲਦੀਆਂ ਰਹੀਆਂ ਅਤੇ ਇਹਨੂੰ ਡੇ ਔਰ ਨਾਈਟ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ। ਡਾਕਟਰ ਨੇ ਸਾਨੂੰ ਵਧਾਈ ਦਿੱਤੀ, ਕਹਿੰਦੇ ਆਪ ਲੱਕੀ ਗਾਏ ਹੋ ਕਿ ਆਪਕੋ ਇਹ ਪਤਾ ਲੱਗਿਆ, ਮਗਰ ਆਪਕੀ ਜ਼ਿੰਦਗੀ ਮੇਂ ਕਲਰਸ ਆਪ ਨਹੀਂ ਦੇਖ ਪਾਓਗੇ। ਫਿਰ ਪਰਮਾਤਮਾ ਨੇ ਕਿਰਪਾ ਕੀਤੀ, ਕਿਉਂਕਿ ਸਾਡੇ ਮਨ 'ਚ ਸੀ ਜੋ ਇੱਥੇ ਤੱਕ ਲੈ ਕੇ ਆਇਆ ਅੱਗੇ ਵੀ ਉਹੀ ਲੈ ਕੇ ਜਾਏਗਾ। ਇਹਨੂੰ ਫਿਰ ਕਲਰਸ ਪਤੇ ਲੱਗਣ ਲੱਗ ਗਏ 2-4 ਮਹੀਨਿਆਂ ਬਾਅਦ। ਉਸ ਤੋਂ ਬਾਅਦ ਫਿਰ ਕਹਿੰਦੇ ਚਲੋ ਦਿਖ ਰਹੇ ਜੱਗੂ ਕਿ ਮੰਮਾ ਆਪ ਖੁਸ਼ ਹੋ, ਅੱਛੀ ਬਾਤ ਹੈ, ਮਗਰ ਸੋ ਗ੍ਰੀਨ ਕਲਰ ਲਾਈਫ ਮੇਂ ਕਭੀ ਨਹੀਂ ਦਿਖੇਗਾ। ਫਿਰ ਮੈਮ 3 ਮਹੀਨੇ ਬੀਤ ਗਏ, ਫਿਰ ਪਰਮਾਤਮਾ ਨੇ ਫਿਰ ਚਮਤਕਾਰ ਦਿਖਾਇਆ, ਕਹਿੰਦੇ ਪਰਮਾਤਮਾ ਕੇ ਘਰ ਦੇਰ ਹੈ ਅੰਧੇਰ ਨਹੀਂ ਹੈ। ਫਿਰ ਉਸ ਤੋਂ 3 ਮਹੀਨੇ ਬਾਅਦ ਮੈਮ ਇਸਕੋ ਫਿਰ ਸੇ ਉਹ ਵੀ ਕਲਰਸ ਦਿਖਣੇ ਲੱਗ ਗਏ ਕਿ ਗ੍ਰੀਨ ਕਲਰ ਕਿਆ ਹੈ ਕੈਸਾ ਹੈ। ਅਤੇ ਮਤਲਬ ਕਿ ਧੀਰੇ ਧੀਰੇ ਇਹਦੇ ਲਾਈਫ ਪ੍ਰੋਗਰੈਸ ਵਾਲੇ ਪਾਸੇ ਚੱਲਣ ਲੱਗ ਪਈ। ਅੱਛਾ ਮੈਮ ਜਦੋਂ ਦਰਦ ਨਾਲ ਪੀੜ ਨਾਲ ਤੜਪਦਾ ਸੀਗਾ, ਕਿੱਦਾਂ ਦਾ ਮਤਲਬ ਅਹਿਸਾਸ ਹੁੰਦਾ ਸੀਗਾ, ਉਹ ਟਾਈਮ ਕਿੱਦਾਂ ਦਾ ਸੀ? ਮੈਮ ਜਦੋਂ ਅਸੀਂ ਨਾ ਫਲਾਈਟ 'ਤੇ ਬੈਠੇ ਸੀ ਇੱਧਰੋਂ ਜਾਣ ਲਈ ਮੁੰਬਈ, ਅਤੇ ਇੱਕ ਲੇਡੀ ਸਾਡੇ ਪਿੱਛੇ ਜਸਟ ਬੈਠੀ ਸੀ, ਅਤੇ ਜਿਵੇਂ ਫਲਾਈਟ ਟੇਕ ਆਫ ਹੋਣ ਵਾਲੀ ਸੀ ਅਤੇ ਉਸ ਤੋਂ ਪਹਿਲਾਂ ਆਵਾਜ਼ ਆਈ, ਉਹਨੇ ਕਿਹਾ ਸਾਰੇ ਆਪਣੇ ਮੋਬਾਈਲ ਸਵਿੱਚ ਆਫ ਕਰ ਲਓ। ਤਾਂ ਲੇਡੀ ਦਾ ਫੋਨ ਵੱਜਿਆ, ਉਹਦੇ 'ਚ ਗਾਣਾ ਰਿੰਗ ਟੋਨ ਦੀ ਸੀ, ਯੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਿਲੇ ਬੜੀ ਹੈ, ਯੇ ਮੁਸ਼ਕਿਲੋਂ ਸੇ ਕਹਿ ਦਿਓ ਮੇਰਾ ਖੁਦਾ ਬੜਾ ਹੈ। ਅਤੇ ਮੈਂ ਉਸ ਵੇਲੇ ਸਮਝਿਆ ਕਿ ਪਰਮਾਤਮਾ ਆਪ ਤਾਂ ਸਾਹਮਣੇ ਨਹੀਂ ਆਏਗਾ ਨਾ, ਕਿਸੇ ਨਾ ਕਿਸੇ ਰੂਪ 'ਚ ਆਪਣਾ ਮੈਸੇਜ ਭੇਜਦਾ। ਬਿਲਕੁਲ। ਅਤੇ ਜਿਵੇਂ ਥੋਟ ਆਫ ਦਾ ਡੇ ਹੁੰਦਾ ਸੀ, ਥੋਟ ਆਫ ਦਾ ਟ੍ਰੀਟਮੈਂਟ ਬਣਾ ਲਿਆ ਕਿ ਪਰਮਾਤਮਾ ਨੇ ਸਾਨੂੰ ਮੈਸੇਜ ਭੇਜਦਾ ਕਿ ਅਗਰ ਤੁਸੀਂ ਬਣੋਗੇ ਕਿ ਮੈਂ ਵੱਡਾ ਹਾਂ ਅਤੇ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਅਤੇ ਮੈਮ ਬਿਲੀਵ ਕਰੋ 7 ਮਹੀਨੇ 'ਚ ਐਸਾ ਇੱਕ ਦਿਨ ਨਹੀਂ ਸੀ ਜਦੋਂ ਜਗਨ ਵੀਰੇ ਗਾਣਾ ਨਹੀਂ ਸੁਣਦਾ ਸੀ, ਔਰ ਇਹੋ ਜਿਹੇ ਗਾਣੇ, ਸ਼ਬਦ, ਕੀਰਤਨ ਇਹ ਬੱਚੇ ਦੇ ਅੰਦਰ ਹੋਰ ਦ੍ਰਿੜਤਾ ਲੈ ਕੇ ਆਉਂਦੇ ਪੋਜ਼ਿਟਿਵਿਟੀ ਵਾਲੇ ਪਾਸੇ।
ਜਦੋਂ ਅਸੀਂ ਬੱਚੇ ਨੂੰ ਕਵਾਂਗੇ ਹਾਏ ਤੇ ਉਹ ਕਿਆ ਹੋ ਗਿਆ, ਤੂੰ ਐਸਾ ਕਿਆ ਕੀਆ ਥਾ, ਤੇਰੇ ਕਰਮ ਹੀ ਐਸੇ, ਉਹ ਨੈਗੇਟਿਵਿਟੀ ਆਉਂਦੀ ਹੈ। ਤੇ ਲਾਈਫ 'ਚ ਜੋ ਪੋਜ਼ਿਟਿਵਿਟੀ ਹੈ ਉਹ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਜੋ ਅਸੀਂ ਸੋਚਦੇ ਹਾਂ ਉਹ ਵਾਕਈ ਵੈਸਾ ਹੁੰਦਾ। ਅਸੀਂ ਸੋਚਿਆ ਸੀ ਕਿ ਅਸੀਂ ਇੱਥੇ ਆਏ ਤੇ ਅੱਗੇ ਵੀ ਵਾਪਸ ਜਾਵਾਂਗੇ। ਇਹਦਾ ਵੱਡਾ ਬ੍ਰਦਰ ਵੀਰ ਪ੍ਰਤਾਪ ਸਿੰਘ, ਉਹ ਇਸ ਤੋਂ 5 ਈਅਰਸ ਵੱਡੇ ਸੀ, ਮੈਂ ਛੋਟਾ ਜਿਹਾ ਤੁਹਾਨੂੰ ਦੱਸਣਾ ਚਾਹਾਂਗੀ। ਤੇ ਉਹ ਆਪਣੀ ਦਾਦੀ ਕੋਲ, ਚਾਚੂ ਕੋਲ ਇੱਥੇ ਰਹਿੰਦੇ ਸੀ। ਤੇ ਬੱਚਾ ਦਿਲ ਬਹਿ ਲੈਣ ਲਈ ਚਾਚੂ ਕਦੇ ਉਹਨੂੰ ਮੇਲੇ ਲੈ ਜਾਂਦੇ ਸੀ, ਕਦੇ ਕਿਧਰੇ ਲੈ ਜਾਂਦੇ ਸੀ। ਤੇ ਕਹਿੰਦੇ ਸੀ ਵੀਰ ਆਪਣੇ ਕਿਆ ਲੈਣਾ। ਤੇ ਉਹ ਕਹਿੰਦਾ ਸੀ ਚਾਚੂ ਮੇਰੇ ਕੋਲ ਨਾ ਆਪ ਸਪਿਨਰ ਲੈ ਦਿਓ। ਉਹ ਕਹਿੰਦੇ ਸੀ ਲੈ ਲੈ ਜਿਹੜਾ ਲੈਣਾ। ਫਿਰ ਕਹਿੰਦੇ ਚਾਚੂ 2 ਲਊਂਗਾ। ਤੇ ਚਾਚੂ ਕਹਿੰਦੇ ਸੀ 2 ਕੀ ਕਰੇਗਾ। ਕਹਿੰਦੇ ਸੀ ਚਾਚੂ ਮੇਰਾ ਭਾਈ ਵਾਪਸ ਆਏਗਾ। ਕਿ ਇੱਕ ਇੱਕ ਬੱਚੇ ਦੇ ਅੰਦਰ ਉਹ ਦ੍ਰਿੜਤਾ ਸੀ ਕਿ ਮੇਰਾ ਭਰਾ ਵਾਪਸ ਆਏਗਾ ਔਰ ਆ ਕੇ ਪੁੱਛੇਗਾ ਕਿ ਮੇਰਾ ਕਿੱਥੇ ਹੈਗਾ, ਤੂੰ ਆਪਣਾ ਲੈ ਲਿਆ। ਤੇ ਉਹ ਜਦੋਂ ਵੀ ਮੇਰਾ ਵੱਡਾ ਬੇਟਾ ਵੀ ਕਿਧਰੇ ਜਾਂਦਾ ਸੀ ਨਾ, ਉਹਦੇ ਅੰਦਰ ਇੰਨਾ ਨਿਸ਼ਚੇ ਸੀ ਕਿ ਮੇਰਾ ਬ੍ਰਦਰ ਇੱਕ ਨਾ ਇੱਕ ਦਿਨ ਜ਼ਰੂਰ ਵਾਪਸ ਆਏਗਾ। ਕਿ ਉਹਨੇ ਇੱਕ ਛੋਟਾ ਜਿਹਾ ਗੁਬਾਰਾ ਵੀ ਲੈਣਾ ਨਾ, ਤੇ ਉਹ 2 ਲੈਣੇ ਕਿ ਇੱਕ ਮੇਰਾ ਇੱਕ ਮੇਰੇ ਭਰਾ ਦਾ। ਉਹ ਜਦੋਂ 7 ਮਹੀਨੇ ਬਾਅਦ ਜੰਗ ਜਿੱਤ ਕੇ ਆਏ ਤਾਂ ਉਹਨੇ ਪੂਰਾ ਬੈੱਡ ਸਜਾ ਕੇ ਰੱਖਿਆ ਹੋਇਆ ਸੀ, ਵੈਲਕਮ ਹੋਮ ਲਿਖ ਕੇ ਬੈਲੂਨਸ ਨਾਲ ਘਰ ਸਜਾ ਕੇ, ਔਰ ਉੱਥੇ ਲਿਖਿਆ ਸੀ ਭਾਈ ਇਹ 7 ਮਹੀਨੇ ਮੈਂ ਜੋ ਜੋ ਲਿਆ ਹੈ ਨਾ, ਇਹ ਸਭ ਕੁਛ ਇੱਕ ਇੱਕ ਤੇਰੇ ਲਈ ਵੀ ਲੈ ਕੇ ਰੱਖਾ ਹੋਇਆ। ਮੈਮ ਹੁਣ ਕਿੰਨੇ ਦਿਨਾਂ ਦਾ ਯਾਰ, ਕਿ ਪਹਿਲਾਂ ਕਿੰਨੇ ਦਾ ਸੀਗਾ ਭਾਵੁਕ ਹੋ ਗਏ ਹੋ। ਇਹ ਹੁੰਦਾ ਆ ਕਿ ਹਾਂ ਬੱਚੇ ਨੂੰ ਕਿ ਜਿਸ ਉਮਰ ਦੇ ਵਿੱਚ ਬੱਚੇ ਨੇ ਖੇਡਣਾ ਸੀਗਾ, ਜਿੱਦਾਂ ਪੂਰੀਆਂ ਕਰਨੀਆਂ ਸੀਗੀ, ਉਸ ਉਮਰ ਦੇ ਵਿੱਚ ਇੰਨੀ ਵੱਡੀ ਬਿਮਾਰੀ ਤੋਂ ਜਿਹੜਾ ਸਰਵਾਈਵ ਕਰ ਰਹੇ ਸੀ। ਮੈਮ ਜੋ ਕਲਾਸ ਦਾ ਸਭ ਤੋਂ ਲਾਇਕ ਬੱਚਾ ਹੁੰਦਾ ਨਾ, ਪਰਮਾਤਮਾ ਲੈ ਟੀਚਰ ਉਹਨੂੰ ਮੋਨੀਟਰ ਬਣਾਉਂਦੀ ਹੈ ਕਿ ਸਭ ਸੰਭਾਲ ਲਏਗਾ। ਅਤੇ ਪਰਮਾਤਮਾ ਨੂੰ ਪਤਾ ਹੁੰਦਾ ਹੈ ਕਿ ਐਸਾ ਕਿਹੜਾ ਬੰਦਾ ਹੈ ਜੋ ਇਸ ਨੂੰ ਝੇਲ ਸਕਦਾ ਹੈ। ਅਤੇ ਬੰਦੇ ਨੂੰ ਚੈਲੇਂਜਸ ਵੀ ਉਸ ਹਿਸਾਬ ਨਾਲ ਹੀ ਮਿਲਦੇ ਨੇ ਜੋ ਉਹਦੇ ਨਾਲ ਫਾਈਟ ਕਰ ਸਕਦਾ, ਸਰਵਾਈਵ ਕਰ ਸਕਦਾ। ਅਤੇ ਮੇਰੇ ਹਿਸਾਬ ਨਾਲ ਪਰਮਾਤਮਾ ਦੀ ਨਜ਼ਰਾਂ 'ਚ ਜਗਨਵੀਰ ਸਟਾਰਟਿੰਗ ਤੋਂ ਹੀ ਬਹੁਤ ਵੱਡਾ ਯੋਧਾ ਸੀ, ਇਸ ਲਈ ਪਰਮਾਤਮਾ ਨੇ ਇੰਨੀ ਵੱਡੀ ਫਾਈਟ ਜਗਨਵੀਰ ਨੂੰ ਦਿੱਤੀ ਸੀ ਲੜਨ। ਰੀਅਲ ਫਾਈਟਰ ਹੈ। ਅੱਛਾ ਮੈਮ, ਸਲਮਾਨ ਖਾਨ ਆਪ ਇਹਨਾਂ ਨੂੰ ਮਿਲਣ ਆਏ ਹੈ ਨਾ, ਕਿੱਦਾਂ ਕਿਵੇਂ ਉਹਨਾਂ ਨੂੰ ਪਤਾ ਲੱਗਿਆ, ਕੀ ਉਹ ਮੂਮੈਂਟ ਸੀਗੀ, ਇੱਕ ਵਾਰੀ ਦੱਸੋਗੇ? ਮੈਮ ਸਲਮਾਨ ਸਰ ਨੂੰ ਜਦੋਂ ਪਤਾ ਲੱਗਿਆ ਕਿ ਜਗਨਵੀਰ ਸਿੰਘ ਨਾਮ ਦਾ ਬੱਚਾ, ਇੱਕ ਛੋਟਾ 3.5 ਸਾਲ ਦਾ, ਪੰਜਾਬ ਤੋਂ ਇੱਥੇ ਕੈਂਸਰ ਟ੍ਰੀਟਮੈਂਟ ਲਈ ਆਇਆ ਹੈਗਾ, ਔਰ ਬੇਸਿਕਲੀ ਉਹਨੂੰ ਇਹ ਹੀ ਉਮੀਦ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਮੈਂ ਸਲਮਾਨ ਸਰ ਨੂੰ ਮਿਲਾਂਗਾ। ਅਤੇ ਇਹ ਸੁਣ ਕੇ ਸਾਰੇ ਦੀ ਉਮੀਦ ਤੋੜਨਾ ਨਹੀਂ ਚਾਹੁੰਦੇ ਸੀ। ਅਤੇ ਸਰ ਫਿਰ ਇਹਨੂੰ ਮਿਲਣ ਲਈ ਟਾਟਾ ਹੋਸਪਿਟਲ ਆਏ ਸਰਪ੍ਰਾਈਜ਼ ਦੇਣ ਲਈ। ਜੀ, ਜਦੋਂ ਸਰਪ੍ਰਾਈਜ਼ ਦਿੱਤਾ ਉਦੋਂ ਦੇਖ ਨਹੀਂ ਸਕਦੇ ਸੀਗੇ ਹੈ ਨਾ, ਤੇ ਫਿਰ ਉਹ ਕਿੱਦਾਂ ਦਾ ਸੀਗਾ, ਤੁਸੀਂ ਤੁਹਾਨੂੰ ਲੱਗਿਆ ਸੀ ਕਿ ਸਲਮਾਨ ਸਰ ਆਣਗੇ, ਇਹਨਾਂ ਨੂੰ ਦੇਖਣਗੇ, ਇਹਨਾਂ ਵੱਲੋਂ ਵੀ ਕਿਹਾ ਜਿਹੜੇ ਸ਼ਬਦ ਨੇ ਉਹ ਕਹੇ ਗਏ ਸੀਗੇ ਮੈਂ ਦੇਖ ਨਹੀਂ ਸਕਦਾ, ਪਰ ਕਿਤੇ ਨਾ ਕਿਤੇ ਸਲਮਾਨ ਖਾਨ ਨੇ ਵੀ ਆਪਣਾ ਵਾਅਦਾ ਜਿਹੜਾ ਪੂਰਾ ਕੀਤਾ, ਉਹ ਮਤਲਬ ਕੀ? ਨਹੀਂ, ਸਲਮਾਨ ਸਰ ਨੂੰ ਸਾਰੀ ਦੁਨੀਆ ਇਸੇ ਨਾਮ ਤੋਂ ਜਾਣਦੀ ਹੈ ਕਿ ਸਲਮਾਨ ਸਰ ਜੋ ਜ਼ੁਬਾਨ ਕਰਦੇ ਉਹ ਪੂਰੀ ਕਰਦੇ ਨੇ, ਜੋ ਕਮਿਟਮੈਂਟ ਕਰਦੀ ਤੋ ਕਰਦੀ ਵਾਲਾ ਜੋ ਹਿਸਾਬ ਹੈ, ਉਹ ਖਾਲੀ ਪਿਕਚਰਾਂ ਦੇ ਹੀਰੋ ਨਹੀਂ, ਬਾਕੀ ਰੀਅਲ ਹੀਰੋ ਹੈਗੇ ਹੈ। ਤੇ ਉਹਨਾਂ ਨੇ ਜਗਨ ਨੂੰ ਬਲਕਿ ਕਿਹਾ ਸੀ ਕਿ ਜਗਨ ਮੈਂ ਦੁਨੀਆ ਕੇ ਲਈ ਹੀਰੋ ਹੋਊਂਗਾ, ਮਗਰ ਤੂੰ ਮੇਰੇ ਲਈ ਇੱਕ ਹੀਰੋ ਸੇ ਕਮ ਨਹੀਂ ਹੈ। ਔਰ ਇੱਕ ਫੋਟੋਗ੍ਰਾਫ 'ਚ ਸਰ ਨੇ, ਮੈਂ ਕਿਹਾ ਸਰ ਇਤਨੇ ਬੜੇ ਸਟਾਰ ਕੇ ਸਾਥ ਜਗਨਵੀਰ ਕੀ ਫੋਟੋ ਹੈ। ਤੇ ਟਾਟਾ ਮੈਮੋਰੀਅਲ ਹੋਸਪਿਟਲ ਦੇ ਜੋ ਡਾਇਰੈਕਟਰ ਸਾਹਿਬ ਹੈ ਬਨਾਵਲੀ ਸਰ, ਉਹਨਾਂ ਦੀ ਵਰਡਿੰਗ ਸੀ ਮੈਮ ਆਪ ਗਲਤ ਦੇਖ ਰਹੀ ਹੈ, ਆਪ ਏਕ ਸਟਾਰ ਦੇਖ ਰਹੀ ਹੈ ਔਰ ਮੈਂ ਏਕ ਫਰੇਮ ਮੇ 2 ਸਟਾਰ ਦੇਖ ਰਹਾ ਹੂੰ। ਤੋ ਉਸ ਸਮੇਂ ਜੋ ਬੰਬੇ ਮੇ ਹਿੰਦੁਸਤਾਨ ਟਾਈਮਸ ਚਲਤਾ ਥਾ, ਤੋ ਵਹਾਂ ਕੇ ਹੈਡਲਾਈਨਸ ਮੇ ਲਿਖਾ ਆਇਆ ਥਾ ਅ ਸਟਾਰ ਮੈਟਸ ਸਰ ਸਟਾਰ, ਕਿ ਏਕ ਸਟਾਰ ਦੂਸਰੇ ਸਟਾਰ ਸੇ ਮਿਲਾ। ਕੀ ਬਾਤ ਹੈ। ਅੱਛਾ, ਅੱਜ ਵੀ ਕੋਈ ਰੇਸ ਵਗੈਰਾ ਦੇ ਵਿੱਚ ਪਾਰਟਿਸਿਪੇਟ ਕੀਤੀ ਹੈ, ਮੈਡਲ ਵਗੈਰਾ ਲੈ ਕੇ ਆਇਆ, ਹੁਣ ਪਹਿਲਾਂ ਨਾਲੋਂ ਕੋਈ ਪ੍ਰੋਬਲਮ ਵਗੈਰਾ ਹੁੰਦੀ ਹੈ? ਮੈਮ ਇਹਦੀ ਅੱਛੀ ਗੱਲ ਇਹ ਹੈਗੀ ਕਿ ਆਪਣੇ ਆਪ ਨੂੰ ਇਹ ਨੋਰਮਲ ਹੀ ਬਿਲੀਵ ਕਰਦਾ ਹੈ। ਜਿਹੜੇ ਸਕੂਲ 'ਚ ਵੀ ਜਾਂਦਾ ਹੈ ਇਹਨੂੰ ਸਪੈਸ਼ਲ ਟ੍ਰੀਟਮੈਂਟ ਕੋਈ ਨਹੀਂ ਦਿੱਤੀ ਜਾਂਦੀ, ਔਰ ਇੱਥੇ ਤੱਕ ਕਿ ਮੇਰੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਚਲਦੇ ਚਲਦੇ ਕਿਤੇ ਗਿਰ ਕੇ ਤੁਹਾਨੂੰ ਸੱਚਾਈ ਦੱਸ ਰਹੀ ਹਾਂ, ਇਹ ਆਪਣੇ ਆਪ ਉੱਠੇ, ਕਿਉਂਕਿ ਹਰ ਜਗ੍ਹਾ ਹਰ ਵੇਲੇ ਹਰ ਵਕਤ ਨਾਲ ਮਾਂ ਨਹੀਂ ਹੋਏਗੀ। ਬਿਲਕੁਲ। ਅੱਛਾ, ਪਾਪਾ ਜਦੋਂ ਇੱਕ ਹੁੰਦਾ ਹੈ ਨਾ ਕਿ ਹਮੇਸ਼ਾ ਲੇਡੀਜ਼ ਜਲਦੀ ਭਾਵੁਕ ਹੋ ਜਾਂਦੀਆਂ ਨੇ, ਪਰ ਇਹਨਾਂ ਦੇ ਪਾਪਾ ਕਦੇ ਭਾਵੁਕ ਹੋਏ ਹੋਣ ਜਾਂ ਫਿਰ ਕੋਈ ਗੱਲ ਹਿੰਮਤ ਜਿਹੜੀ ਆ ਉਹ ਹਾਰ ਗਏ ਹੋਣ? ਮੈਮ ਵੈਸੇ ਤਾਂ ਅਗਰ ਮੰਨੋ ਹਸਬੈਂਡ ਵਾਈਫ 'ਚ, ਤਾਂ ਮੈਂ ਸਟਰੋਂਗ ਪਰਸਨੈਲਿਟੀ ਹਾਂ ਔਰ ਮੇਰੇ ਹਸਬੈਂਡ ਬਹੁਤ ਹੀ ਕਾਇੰਡ ਹਾਰਟਡ ਔਰ ਸਵੀਟ ਪਰਸਨ ਹੈ, ਬਹੁਤ ਜਿਹਨੂੰ ਕਹਿੰਦੇ ਨੇ। ਉਹ ਇੱਥੇ ਦੇਖ ਕੇ ਕੋਈ DD ਉਹ ਤੁਹਾਡਾ ਆ ਰਿਹਾ ਹੁੰਦਾ ਹੈਗਾ, ਇੱਥੇ ਡਾਂਸ ਇੰਡੀਆ ਡਾਂਸ ਆ ਰਿਹਾ ਹੁੰਦਾ, ਕੋਈ ਚੈਨਲ ਆ ਰਿਹਾ ਹੁੰਦਾ ਹੈ, ਕਿਸੇ ਦੀ ਇਮੋਸ਼ਨਲ ਸਟੋਰੀ ਸੁਣਦੇ, ਰਸਤੇ 'ਚ ਕਿਸੇ ਅਪੰਗ ਨੂੰ ਦੇਖ ਲੈਣ, ਉਹ ਬਹੁਤ ਹੀ ਕਾਇੰਡ ਹਾਰਟਡ, ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਨੇ। ਮਗਰ ਉਸ ਇਨਸਾਨ ਨੂੰ ਵੀ ਪਰਮਾਤਮਾ ਨੇ ਜਦੋਂ ਜਗਨਵੀਰ ਦੀ ਵਾਰੀ ਆਈ, ਕਹਿੰਦੇ ਪਰਮਾਤਮਾ ਆਪਣੇ ਆਪ ਸ਼ਕਤੀ ਦਿੰਦੇ ਹੈ, ਤਾਂ ਉਹਨਾਂ ਨੇ ਬਹੁਤ ਹੀ ਸਟਰੋਂਗਲੀ ਸਾਰਾ ਕੁਛ ਫੇਸ ਕੀਤਾ। ਤੇ ਮੈਮ ਅੱਜ ਕਿੰਨੀ ਕੁ ਖੁਸ਼ੀ ਹੁੰਦੀ ਹੈ ਕਿ ਜਗਨਵੀਰ ਪੂਰੀ ਤਰ੍ਹਾਂ ਬਿਲਕੁਲ ਸਹੀ ਹੈ, ਸਕੂਲ ਵੀ ਜਾਂਦਾ, ਹਰ ਸ਼ੌਂਕ ਜਿਹੜੇ ਆਪਣੇ ਪੂਰੇ ਕਰ ਰਹੇ? ਮੈਂ ਤਾਂ ਪਰਮਾਤਮਾ ਦਾ ਜਿੰਨਾ ਸ਼ੁਕਰ ਗੁਜ਼ਾਰ ਕਰਾਂ ਨਾ ਉਹ ਘੱਟ ਹੈ, ਕਿਉਂਕਿ ਮੈਂ ਅਰਦਾਸ ਕੀਤੀ ਸੀ ਵਾਹਿਗੁਰੂ ਨੂੰ ਕਿ ਪਰਮਾਤਮਾ ਜੀਵਨ ਦਾਨ ਦੇ ਦੇ। ਬਿਲਕੁਲ। ਅੱਖਾਂ ਵੀ ਨਹੀਂ ਮੰਗੀਆਂ ਸੀ, ਮੈਂ ਕਿਹਾ ਸੀ ਕਿ ਜੀਵਨ ਦਾਨ ਦੇ ਦੇ ਇਹਦਾ, ਅਤੇ ਪਰਮਾਤਮਾ ਨੇ ਇਹਨੂੰ ਜੀਵਨ ਨਵਾਂ ਦਿੱਤਾ, ਉਸ ਤੋਂ ਬਾਅਦ ਅੱਖਾਂ ਦਿੱਤੀਆਂ ਔਰ ਦੁਬਾਰਾ ਇਹਨੂੰ ਨੋਰਮਲ ਚਾਈਲਡ ਵਾਂਗ ਬਣਾਤਾ ਹੈਗਾ, ਔਰ ਅੱਜ ਦੀ ਡੇਟ 'ਚ ਇਹਨਾਂ ਨੇਮ ਫੇਮ ਮਿਲ ਰਿਹਾ,
मैम अच्छा जो सलमान खान आए है ना उन्होंने कहा भी जो तेरी अखा की रोशनी जी वापस आ जूगा मैं फिर तेन मिलूंगा है ना वो कितने ना कि लगे थे कि हंसे मजाक के कह गए ने जो फिर कह गए ने लोग बहुत हाँ मन रखने लिए कह गए ने क्योंकि लोग जो कह बहुत कुछ कर जाते हैं पर करते नहीं थोड़े कितने कितने माइंड सानू यह कि इन्नी वड्डी पर्सनैलिटी है कितने याद रखे मगर मतलब कि साढ़े वास्ते सोच तो परे से उन्होंने याद भी रखिया और वादे निभाते हुए अपने घर भी दोबारा बुलाया और यह भी किया कि जगू तू मेरा फ्रेंड बन गया अब जब कभी मुंबई आया कर अगर तू मेरे से मिलके नहीं गया तो मैं अब तेरे से नाराज होऊंगा। अच्छा जब आप सेकंड टाइम सलमान खान को मिले तो आप जब उनका ने आपका वेलकम किया कैसे किया? उन्होंने कहा आओ सरदार जी बहुत समय लगा दिया 5 साल से इंतजार कर रहा था क्या इतना समय क्यों लगाया। अच्छा फिर आपने उनको ना छोटे बच्चों से बहुत ज्यादा प्यार है कोई गेम वगैरह खेली आपने उनके साथ बातें की गेम नहीं खेली। अच्छा क्या बात थी जो आपने सबसे ज्यादा मतलब सोचा हो कि हाँ मैंने सलमान खान को मिल गई ये बात करनी है। मैंने पहले उनसे एक सोचा था एक बार सोची थी कि मैंने उनसे ये पूछ रहा था कि मैंने आप इतनी सारी पिक्चर में वो रियल में आपके बाइसेप्स होते हैं ये बने नकली में क्योंकि मुझे उस टाइम मैं देख नहीं पाया था फील कर लिया था पर मुझे अभी भी यकीन नहीं था कि मैंने वो फील किया था कि असली था कि नकली था। फिर मैंने इस बार उनके जाके चेक किए पूरे पॉइंट्स दबाए। हाँ इन्हें सलमान सर दे सर ने उस दिन बुखार थी सर ईमे में बार बार कर रहे थे कहते सर क्या हो रहा है कहते यार सब कुछ दुख रहा है तो जगन भी ने बकायदा बैग से खड़े होकर सर के मना करने के बावजूद भी अपने अंगूठिया नाल ए ब्लेस्ड है इस मामले में मैं पॉइंट्स बहुत अच्छे दबाता है की पता कि मैं मगर दबाता बहुत अच्छे है। उस तो बाद सर कहता है कि सर कहते और बताओ जग्गू मैं क्या करूँ अब तुम्हारे लिए कहते सर हर पिक्चर में हीरो बनते हो आप बोलते लाइफ में चैलेंज होना चाहिए तो आप नया चैलेंज लो किसी पिक्चर में विलन भी बन के देखो कि लोग आपको पसंद करते हैं कि नहीं करते हैं। क्या बात है एड्डी वड्डी उन्होंने स्टोरी भी दस के आ गए है ना। अच्छा मैं मानते हो कि रियल लाइफ दे फाइटर जड़े रियल फाइटर वो जगवीर है गए मैम रियल फाइटर्स ऐसे ही बच्चे होंगे ने जो समाज लिए मिसाल बनते ने और मैं पेरेंट्स तो इको रिक्वेस्ट करना चाहवागी सारे लोगों को कि कैंसर या कोई होर बीमारी शर्म वाली या छुपाने वाली बीमारी नहीं है यह ज़्यादा इसलिए फैल रही क्योंकि अवेयरनेस की कमी हैगी है। अगर आज की डेट असी कैमरे के सामने आ रहे तो नेम और फेम वास्ते नहीं आ रहे जस्ट फॉर अवेयरनेस आ रहे हैं कि सानू इस तो लड़ना नहीं है बल्कि लड़ना है डरना नहीं है बेसिकली और खुले दिल नाल जो सही इलाज है मेडिकल वाइज वही कराना है कोई पीर पैगंबर इतने उत्थे नहीं जाना है। जो पता लग गया भी कैंसर आ केड़ी स्टेज तक जो कैंसर जिहड़ा पहुंच चुका सी मैम उसमें 4th स्टेज पे पहुंच गया सी जगनदीप दा कैंसर। कितना पता लग गया कोई मतलब पहला कोई बीमार वगैरह होया सी या फिर कितना मतलब पता लग गया? नहीं मैम सडन ब्लाइंड हो गया सी ते उस वेले पता लग गया एहसास होया कि कोई वड्डी बीमारी है ते मुंबई लै गए ते ओ उन्होंने MRI कीती जदों ते पता लग गया कि इन्हां नूं इत्थे ट्यूमर हैगा फिर ओहदा सैंपल कढ़ा है बायोप्सी करके तां पता लग गया सी कि इहनूं 4th स्टेज है कैंसर दी। ਜਦੋਂ ਪਤਾ ਲੱਗਿਆ ਫਿਰ ਕੀ ਸੀਗਾ ਉਸ ਟਾਈਮ? ਮੈਮ ਉਸ ਵੇਲੇ ਇਹ ਸੀ ਕਿ ਅਗਰ ਪਰਮਾਤਮਾ ਜੇ ਉਹ ਅਸੀਂ ਮੁੰਬਈ ਨਗਰੀ ਦੇ ਨਾਮ ਤੱਕ ਨਹੀਂ ਸੁਣਿਆ ਸੀ ਅਗਰ ਪਰਮਾਤਮਾ ਘੰਟਿਆਂ 'ਚ ਉਡਾਉਂਦੇ ਹੋ ਇੱਥੇ ਤੱਕ ਲਿਆ ਸਕਦਾ ਇਹਦਾ ਮਤਲਬ ਉਹਨੇ ਕੁਛ ਪਲਾਨ ਕਰਕੇ ਰੱਖਿਆ ਹੋਇਆ ਹੈਗਾ। अच्छा आप वहाँ पे गए थे मैम ये गए थे कोई ऑटोग्राफ वगैरह दिया हो या फिर कोई गिफ्ट वगैरह जो स्पेशल गिफ्ट वो हर एक बच्चे को दिया आपको दिया है कुछ? हाँ जी उन्होंने मुझे गिफ्ट दिया था बीइंग ह्यूमन की 2 हाफ स्लीव्स की टी शर्ट एंड पैंट दिए थे ये उनमें से एक टी शर्ट है। अच्छा एक टी शर्ट ये जगू की क्या आपने वेयर की है ये? हाँ जी आपने। अच्छा उनको वेयर करके सलमान खान को जो फोटो भेजी हो या फिर उनको टैग किया हो? फोटो भेजी है उनको। अच्छा उनका कोई कमेंट आया था आपको रिप्लाई आया था? नहीं मैम अभी तो नहीं आया बिकॉज वो जिन्ना कर गए वही बहुत हैगा ते वैसे उन्होंने कहा कि जदों आओ मुंबई ते जरूर मिलके जाओ जगन भी। तो तुम देख सकते हो कि ऑटोग्राफ भी जेड़ा दिता है नाल दी नाल दादियां भी साडे नाल मौजूद ने आपां उन्हां नाल भी गल करांगे। सत श्री अकाल जी क्या चल रहा है मैम? ठीक है जी। अज मुंडा जेड़ा फाइट जीत के फाइनली आ चुकिया है मैम किद्दां दा लगदा है सीगा मन होए सीगा कि बिल्कुल पूरी तरह ठीक हो जाऊगा? नहीं उस तो बहुत डर लगदा सी पर हुण वाहिगुरु दा शुकराना कोटान कोटान जिन्हें सच्चे पाशे दुख दे के सुख दे दित्ता जी।
बहुत घट मैं बाहर इन्ना निकलती नहीं अपने घर विच ही है असी नहीं सुने सगो इन्होंने आके दसिया भी मम्मा टाटा विच तो छे छे महीने के बच्चे है तीन तीन महीने के बच्चे कैंसर है पर मैं तो ना सुनिया ना देखिया सच्ची चमत्कार हो रही चमत्कार मम्मी थोड़ा जा अखां दी रोशनी दी ज्यादा फिक्र सी चलो कैंसर ठीक हो भी ठीक हो जाए पर वाहेगुरु का शुक्र है चलो अखां दी रोशनी भी आ गई है वाहेगुरु परमात्मा दा शुक्र अदा कर रहे हैं कि परमात्मा ने बहुत ज्यादा मेहर की और मैं सोचती हाँ कि सिर्फ जिहड़े असीं पाठ कीते ने अरदासां होईयां ने इस बच्चे वास्ते कि परमात्मा इस नूं पूर्ण तंदरुस्ती बख्शे ते ओह अरदासां ही सुनियां गईयां सब दियां अरदासां लगियां ने ते अज बिल्कुल तंदरुस्त है हुण अगों भी प्रे करदी हां कि इस दे जिहड़े देखण दा मतलब भी ओह हैगा आईज बिल्कुल ही ठीक हो जाण बिल्कुल 100% वैसे बिल्कुल ठीक पादा है पर थोड़ा जिहा जिस तरह साइट मतलब भी अखां दी पोजीशन ओह बिल्कुल मैकनी ठीक हो जाए ओह भी परमात्मा सुनेगा बिल्कुल जो हां बैलून बस्ट करके चेयर पे बैठ के बैलून बस्ट करके आगे रन करना है दोनों में गोल्ड मेडल है। क्या बात है मैम कई लोग ना पूछते ने कि बच्चे थोड़ा एजुकेशन पीछे चल रही है तो ये पॉजिटिविटी इन्नी हैगी है जो कि अगर अभी तक ही ये मतलब कि 9 साल का हो गया अभी तक ये फर्स्ट में ही है तो दे यूज टू से कि नहीं मैम अगर लोग डबल एम ए कर सकते ने तो मैं डबल एल के जी यू के जी कर ली तो की है वाला हिसाब है। सो आलो जी पूरी गलबात जी कर ली है तुसी देख लिया कि एक छोटा जा बच्चा जिहड़ा है जंग जीत के आया वह भी कैंसर दी तुसी की कहना चाहोगे इन्हां बारे सानू कमेंट सैशन विच कमेंट करके जरूर दस्यो ते वीडियो नू ज़्यादा तो ज़्यादा लाइक ते शेयर जरूर कर दियो ते होर इदां दी अपडेट्स लई साडे नाल बने रहो ते देखदे रहो द सिटी हैडलाइंस मैं नेहा मलिक कैमरा परसन साहिल नाल।